ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਸਿੱਖ ਚੈਨਲ ਤੇ ਮੈਂ ਰੀਤ ਕੌਰ ਇਸ ਵੇਲੇ ਦੀ ਇੱਕ ਬੇਹੱਦ ਹੀ ਅਹਿਮ ਖਬਰ ਲੈ ਕੇ ਹਾਜ਼ਰ ਹੋਈਆਂ। ਖਬਰ ਚੱਲ ਰਹੀ ਹੈ ਰਾਜ ਸਭਾ ਦੀਆਂ ਸੀਟਾਂ ਨੂੰ ਲੈ ਕੇ। ਰਾਜ ਸਭਾ ਦੇ ਲਈ ਭਲਕੇ ਨਾਮਜ਼ਦਗੀਆਂ ਦਾ ਅੱਜ ਆਖਰੀ ਦਿਨ ਹੈ, ਪਰ ਅਜੇ ਤੱਕ ਆਮ ਆਦਮੀ ਪਾਰਟੀ ਨੇ ਆਪਣੇ ਪੱਤੇ ਜੋ ਹੈ ਉਹ ਨਹੀਂ ਖੋਲ੍ਹੇ। ਪਰ ਸ਼ਾਇਦ ਅੱਜ ਇਹ ਪੱਤੇ ਖੁੱਲ੍ਹ ਸਕਦੇ ਨੇ ਅਤੇ ਪੱਤਿਆਂ ਦੇ ਉੱਤੇ ਕਿਸਦਾ ਕਿਸ ਉਮੀਦਵਾਰ ਦਾ ਨਾਮ ਹੋਵੇਗਾ ਇਸ ਨੂੰ ਲੈ ਕੇ ਤਿੰਨ ਨਾਮਾਂ ਦੇ ਉੱਤੇ ਲਗਾਤਾਰ ਜੋ ਚਰਚਾ ਹੈ ਉਹ ਚੱਲ ਰਹੀ ਹੈ। ਪਹਿਲਾ ਨਾਮ ਆਉਂਦਾ ਰਾਘਵ ਚੱਡਾ ਦਾ, ਦੂਸਰਾ ਨਾਮ ਆਉਂਦਾ ਕ੍ਰਿਕਟਰ ਹਰਭਜਨ ਸਿੰਘ ਭੱਜੀ ਦਾ ਅਤੇ ਤੀਸਰਾ ਨਾਮ ਹੈ ਜੋ ਉਹ ਆਉਂਦਾ ਸੰਦੀਪ ਪਾਠਕ ਦਾ। ਇਹਨਾਂ ਤਿੰਨ ਨਾਮਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿੱਚ ਲਗਾਤਾਰ ਜੋ ਚਰਚਾ ਹੈ ਉਹ ਛਿੜੀ ਹੋਈ ਆ, ਪਰ ਅਜੇ ਤੱਕ ਇਹਨਾਂ ਨਾਮਾਂ ਦੇ ਵਿੱਚੋਂ ਕਿਸੇ ਵੀ ਨਾਮ ਦੇ ਉੱਤੇ ਜੋ ਪੱਕੀ ਮੋਹਰ ਹੈ ਉਹ ਨਹੀਂ ਲੱਗ ਸਕੀ। ਅਤੇ ਕਿਆਸਾਂ ਲਗਾਈਆਂ ਜਾ ਰਹੀਆਂ ਨੇ ਕਿ ਹੋ ਸਕਦਾ ਹੈ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਇਹਨਾਂ ਤਿੰਨ ਨਾਮਾਂ ਦਾ ਜੋ ਕਹਿ ਸਕਦੇ ਹਾਂ ਜੋ ਚਰਚਾ ਛਿੜੀ ਹੋਈ ਹੈ ਇਹਨਾਂ ਤਿੰਨ ਨਾਮਾਂ ਨੂੰ ਸਿੱਧੇ ਤੌਰ ਦੇ ਉੱਤੇ ਡਿਕਲੇਅਰ ਕਰ ਦਿੱਤਾ ਜਾਵੇ ਅਤੇ ਜੋ ਪੱਕੀ ਮੋਹਰ ਹੈ ਉਹ ਲਗਾ ਦਿੱਤੀ ਜਾਵੇ। ਕਿਆਸਾਂ ਲਗਾਈਆਂ ਜਾ ਰਹੀਆਂ, ਅੱਜ ਤੱਕ ਕੁਝ ਵੀ ਜੋ ਸਪਸ਼ਟ ਹੈ ਉਹ ਨਹੀਂ ਹੋ ਸਕਿਆ। ਤੁਹਾਨੂੰ ਦੱਸ ਦਈਏ ਕਿ ਰਾਜ ਸਭਾ ਦੇ ਵਿੱਚ 5 ਸੀਟਾਂ ਨੇ ਜੋ ਖਾਲੀ ਹੋ ਚੁੱਕੀਆਂ। ਉਹਨਾਂ ਸੀਟਾਂ ਦੇ ਲਈ ਜਿਹੜੇ ਤਿੰਨ ਉਮੀਦਵਾਰਾਂ ਦੇ ਨਾਮ ਨਾਲ ਚਰਚਾ ਹੋ ਰਹੀ ਹੈ, ਜਿਨ੍ਹਾਂ ਨਾਮਾਂ ਨੂੰ ਲੈ ਕੇ ਚਰਚਾ ਹੋ ਰਹੀ ਹੈ ਉਹ ਸੰਦੀਪ ਪਾਠਕ, ਹਰਭਜਨ ਭੱਜੀ ਅਤੇ ਰਾਘਵ ਚੱਡਾ ਨੇ। ਇਹਨਾਂ ਤਿੰਨਾਂ ਹੀ ਨਾਮਾਂ ਨੂੰ ਲੈ ਕੇ ਜੋ ਲਗਾਤਾਰ ਚਰਚਾ ਹੈ ਉਹ ਛਿੜੀ ਹੋਈ ਹੈ ਅਤੇ ਜੋ ਕਿਆਸਾਂ ਨੇ ਉਸਦੇ ਮੁਤਾਬਿਕ ਇਹ ਗੱਲ ਆਖੀ ਜਾ ਰਹੀ ਹੈ ਕਿ ਅੱਜ ਸ਼ਾਇਦ ਜੋ ਬੈਠਕ ਹੋਣੀ ਹੈ, ਕਿਉਂਕਿ ਅੱਜ ਦਿੱਲੀ ਦੇ ਮੁੱਖ ਮੰਤਰੀ ਅੱਜ ਪੰਜਾਬ ਪਹੁੰਚ ਰਹੇ ਨੇ। ਕੇਜਰੀਵਾਲ ਅੱਜ ਕਰੀਬ 11:30 ਵਜੇ ਪੰਜਾਬ ਪਹੁੰਚਣਗੇ ਅਤੇ ਵਿਧਾਇਕਾਂ ਦੇ ਨਾਲ ਇੱਕ ਮੀਟਿੰਗ ਕਰਨਗੇ। ਹੋ ਸਕਦਾ ਜੋ ਕਿਆਸਾਈਆਂ ਨੂੰ ਉਸ ਅਕੋਰਡਿੰਗ ਤੁਹਾਨੂੰ ਅਸੀਂ ਦੱਸ ਰਹੇ ਹਾਂ ਕਿ ਜੋ ਕਿਆਸਾਈਆਂ ਨੇ ਉਸ ਮੁਤਾਬਿਕ ਜੋ ਤਿੰਨ ਨਾਮ ਨੇ ਇਹਨਾਂ ਦੇ ਉੱਤੇ ਜੋ ਪੱਕੀ ਮੋਹਰ ਹੈ ਉਹ ਲੱਗ ਸਕਦੀ ਹੈ। ਯਾਨੀ ਕਿ ਰਾਜ ਸਭਾ ਸੀਟਾਂ ਜੋ 5 ਸੀਟਾਂ ਖਾਲੀ ਨੇ ਉਹਨਾਂ ਦੇ ਲਈ ਜੋ ਤਿੰਨ ਨਾਮ ਨੇ ਤਿੰਨ ਨਾਮਾਂ ਨੂੰ ਡਿਕਲੇਅਰ ਕੀਤਾ ਜਾ ਸਕਦਾ। ਤੁਹਾਨੂੰ ਦੱਸ ਦਈਏ ਕਿ ਅੱਜ ਕੇਜਰੀਵਾਲ ਯਾਨੀ ਕਿ ਦਿੱਲੀ CM ਦੀ 11:30 ਵਜੇ ਜੋ 92 ਵਿਧਾਇਕ ਨੇ ਉਹਨਾਂ ਦੇ ਨਾਲ ਬੈਠਕ ਹੋਏਗੀ। ਪੰਜਾਬ ਨੂੰ ਲੈ ਕੇ ਚਰਚਾ ਕੀਤੀ ਜਾਏਗੀ, ਪੰਜਾਬ ਨੂੰ ਕਿਸ ਤਰੀਕੇ ਦੇ ਨਾਲ ਵਧੀਆ ਮਾਡਲ ਬਣਾਉਣਾ, ਪੰਜਾਬ ਨੂੰ ਕਿਸ ਤਰੀਕੇ ਦੇ ਨਾਲ ਵਧੀਆ ਪੰਜਾਬ ਬਣਾਉਣਾ ਇਸ ਨੂੰ ਲੈ ਕੇ ਜੋ ਵਿਧਾਇਕ ਨੇ ਉਹਨਾਂ ਦੇ ਨਾਲ ਵਿਚਾਰ ਚਰਚਾ ਕੀਤੀ ਜਾਵੇਗੀ। ਉਹਨਾਂ ਦੇ ਨਾਲ ਜੋ ਗੱਲਬਾਤ ਹੈ ਪੰਜਾਬ ਨੂੰ ਵਧੀਆ ਪੰਜਾਬ ਬਣਾਉਣ ਦੇ ਲਈ ਜੋ ਕੀਤੀ ਜਾ ਸਕਦੀ ਹੈ ਅਤੇ ਹੋ ਸਕਦਾ ਇਸ ਨੂੰ ਲੈ ਕੇ ਜੋ ਐਲਾਨ ਹੈ ਰਾਜ ਸਭਾ ਸੀਟ ਨੂੰ ਲੈ ਕੇ ਜੋ ਐਲਾਨ ਹੈ ਉਹ ਵੀ ਕੀਤਾ ਜਾ ਸਕਦਾ ਅਤੇ ਇਹਨਾਂ ਤਿੰਨਾਂ ਨਾਮਾਂ ਨੂੰ ਲੈ ਕੇ ਜੋ ਚਰਚਾ ਉਹ ਛਿੜੀ ਹੋਈ ਹੈ, ਕਿਉਂਕਿ ਅੱਜ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ ਹੈ। ਕੱਲ੍ਹ ਤੋਂ ਨਾਮਜ਼ਦਗੀਆਂ ਜੋ ਭਰਨੀਆਂ ਨੇ ਉਹ ਬੰਦ ਹੋ ਜਾਣਗੀਆਂ, ਇਸ ਕਰਕੇ ਅੱਜ ਇਹਨਾਂ ਤਿੰਨਾਂ ਨਾਮਾਂ ਦੇ ਵਿੱਚੋਂ ਕਿਸੇ ਨਾਮ ਦਾ ਜੋ ਤਿੰਨੋਂ ਹੀ ਨਾਮ ਨੇ ਇਹਨਾਂ ਤਿੰਨਾਂ ਨੂੰ ਲੈ ਕੇ ਹੀ ਚਰਚਾ ਚੱਲ ਰਹੀ ਹੈ। ਅੱਜ ਇਹਨਾਂ ਤਿੰਨਾਂ ਨਾਮਾਂ ਦੇ ਵਿੱਚ ਐਲਾਨ ਹੈ ਜੋ ਹੋ ਸਕਦਾ ਹੈ ਕਿ ਕਿਸ ਨੂੰ ਕਿਹੜੇ ਮੈਂਬਰਾਂ ਨੂੰ ਕਿਹੜੇ ਵਿਧਾਇਕਾਂ ਨੂੰ ਕਿਹੜੇ ਮੰਤਰੀਆਂ ਨੂੰ ਜੋ ਰਾਜ ਸਭਾ ਉਹ ਸੀਟ ਸੌਂਪੀ ਜਾਏਗੀ। ਅਜੇ ਤੱਕ ਸਿਰਫ ਕਿਆਸਾਂ ਲਗਾਈਆਂ ਜਾ ਰਹੀਆਂ ਨੇ। ਦੱਸ ਦਈਏ ਕਿ ਹਰਭਜਨ ਸਿੰਘ ਇੱਕ ਵੱਡੇ ਕ੍ਰਿਕਟਰ ਨੇ ਅਤੇ ਜਲੰਧਰ ਤੋਂ ਰਹਿਣ ਵਾਲੇ ਨੇ ਅਤੇ ਉਹ ਜਲੰਧਰ ਦੇ ਰਹਿਣ ਵਾਲੇ ਨੇ ਅਤੇ ਰਾਘਵ ਚੱਡਾ ਦੀ ਜੇਕਰ ਗੱਲ ਕਰੀਏ ਉਹ ਕੋ ਇੰਚਾਰਜ ਨੇ ਪੰਜਾਬ ਆਮ ਆਦਮੀ ਪਾਰਟੀ ਦੇ ਅਤੇ ਉਹ ਬਹੁਤ ਜ਼ਿਆਦਾ ਸਰਗਰਮ ਰਹਿੰਦੇ ਨੇ। ਜਦੋਂ ਵੀ ਪੰਜਾਬ ਦੇ ਵਿੱਚ ਕੋਈ ਮੁੱਦਾ ਚੱਲਦਾ ਜਾਂ ਪੰਜਾਬ ਦੇ ਵਿੱਚ ਕੋਈ ਵੀ ਖਬਰ ਆਉਂਦੀ ਹੈ ਸਾਹਮਣੇ ਜਾਂ ਕੋਈ ਵੀ ਗੱਲ ਹੈ ਜੋ ਸਿਆਸਤ ਦੇ ਵਿੱਚ ਛਿੜਦੀ ਹੈ ਜਾਂ ਕੋਈ ਵੀ ਚਰਚਾ ਹੈ ਜੋ ਹੁੰਦੀ ਹੈ ਤਾਂ ਉਸਦੇ ਵਿੱਚ ਰਾਘਵ ਚੱਡਾ ਅਜਿਹੇ ਵਿਧਾਇਕ ਨੇ, ਅਜਿਹੇ ਕਹਿ ਸਕਦੇ ਇੱਕ ਅਜਿਹੀ ਸ਼ਖਸੀਅਤ ਹੈ ਜੋ ਹਰ ਪਾਸੇ ਹੀ ਸਰਗਰਮ ਹੁੰਦੀ ਹੈ। ਪੰਜਾਬ ਦੇ ਮੁੱਦੇ ਹੋਣ, ਦਿੱਲੀ ਦੇ ਮੁੱਦੇ ਹੋਣ, ਹਰ ਪਾਸੇ ਹੀ ਉਹ ਸਰਗਰਮ ਰਹਿੰਦੇ ਨੇ। ਦੱਸ ਦਈਏ ਕਿ ਜੋ ਸੰਦੀਪ ਪਾਠਕ ਨੇ ਉਹ ਇਲੈਕਸ਼ਨਸ ਨੂੰ ਲੈ ਕੇ ਸੰਦੀਪ ਪਾਠਕ ਦੇ ਨਾਲ ਕਾਫੀ ਡੂੰਘੀ ਜੋ ਵਿਚਾਰ ਚਰਚਾ ਉਹ ਕੀਤੀ ਜਾਂਦੀ ਹੈ ਅਤੇ ਉਹ IF ਤੋਂ ਪਾਸ ਆਊਟ ਵੀ ਨੇ। ਸੰਦੀਪ ਪਾਠਕ ਦੀ ਗੱਲ ਕਰ ਰਹੇ ਹਾਂ, IF ਤੋਂ ਪਾਸ ਆਊਟ ਨੇ ਅਤੇ ਇਲੈਕਸ਼ਨਸ ਦੇ ਨਾਲ ਜੋ ਵੀ ਜੁੜੀ ਹੋਈ ਨਵੀਂ ਤਾਜ਼ੀ ਗੱਲਬਾਤ ਹੁੰਦੀ ਹੈ ਇਹਨਾਂ ਦੇ ਨਾਲ ਹੀ ਸਾਂਝੀ ਕੀਤੀ ਜਾਂਦੀ ਹੈ, ਇਹਨਾਂ ਦੇ ਨਾਲ ਸਲਾਹ ਮਸ਼ਵਰਾ ਕੀਤਾ ਜਾਂਦਾ ਅਤੇ ਰਾਜ ਸਭਾ ਦੇ ਅਹੁਦੇ ਦੇ ਲਈ ਜੋ ਨਾਮ ਚੁਣਿਆ ਜਾਏਗਾ ਉਹਨਾਂ ਨਾਮਾਂ ਦੀ ਅੱਜ ਸਭ ਨੂੰ ਉਡੀਕ ਹੈ। ਪਰ ਜੋ ਕਿਆਸਾਈਆਂ ਨੇ ਉਹ ਰਾਘਵ ਚੱਡਾ, ਸੰਦੀਪ ਪਾਠਕ ਅਤੇ ਹਰਭਜਨ ਸਿੰਘ ਨੂੰ ਲੈ ਕੇ ਜੋ ਲਗਾਈਆਂ ਜਾ ਰਹੀਆਂ। ਦੱਸ ਦਈਏ ਕਿ ਪਹਿਲਾਂ ਵਾਲੇ 5 ਰਾਜ ਸਭਾ ਮੈਂਬਰਾਂ ਦੇ ਅਹੁਦੇ ਦਾ ਜੋ ਸਮਾਂ ਉਹ ਛੇਤੀ ਹੀ ਸਮਾਪਤ ਹੋਣ ਵਾਲਾ ਅਤੇ ਉਹ ਸਮਾਂ ਜੋ ਖਤਮ ਹੋਣ ਵਾਲਾ April 2022 ਦੇ ਵਿੱਚ ਇਹ ਸਮਾਂ ਖਤਮ ਹੋਣ ਜਾ ਰਿਹਾ। ਇਸ ਕਰਕੇ ਨਵੇਂ ਰਾਜ ਸਭਾ ਮੈਂਬਰਾਂ ਦੀ ਜੋ ਚੋਣ ਹੈ ਉਹ ਕੀਤੀ ਜਾਣੀ ਹੈ ਅਤੇ ਪਹਿਲਾਂ ਹੀ ਇਹ ਚੋਣ ਹੈ ਜੋ ਕੀਤੀ ਜਾਏਗੀ। 21 ਮਾਰਚ ਅੰਤਿਮ ਡੇਟ ਹੁੰਦੀ ਹੈ
जो 21 मार्च है आखिरी दिन हुंदा है नामजदगियां दाखिल करन दा। इस तो बाद जो नामजदगियां ने और दाखिल नहीं हुंदियां ते इस नामजदगियां नु लेके जो तीन नामा दी चर्च है राज सभा सीट दे ले जो तीन नामा दी चर्च है और लगातार हो रही है। दस दिए कि 14 मार्च ते नामजदगियां भरन दी जो तरीक है शुरू हो गई सी। 14 मार्च तो नामजदगियां भरन दा जो दिन है ਉਹ ਸੀ ਯਾਨੀ ਕਿ 14 ਮਾਰਚ ਤੋਂ ਲਗਾਤਾਰ ਹੁਣ ਤੱਕ ਜੋ ਨਾਮਜ਼ਦਗੀਆਂ ਭਰਨ ਦੀ ਤਰੀਕ ਸੀ ਉਹ ਚੱਲ ਰਹੀ ਸੀ। ਇਹਨਾਂ ਦਿਨਾਂ ਦੇ ਦੌਰਾਨ ਜੋ ਨਾਮਜ਼ਦਗੀਆਂ ਨੇ ਭਰੀਆਂ ਜਾ ਸਕਦੀਆਂ ਨੇ ਤੇ ਹੁਣ 21 ਮਾਰਚ ਨੂੰ ਨਾਮਜ਼ਦਗੀਆਂ ਭਰਨ ਦਾ ਜੋ ਦਿਨ ਹੈ ਉਹ ਖਤਮ ਹੋਣ ਜਾ ਰਿਹਾ। 21 ਮਾਰਚ ਆਖਰੀ ਦਿਨ ਹੁੰਦਾ ਨਾਮਜ਼ਦਗੀਆਂ ਭਰਨ ਦਾ ਤੇ ਅੱਜ 20 ਮਾਰਚ ਹੋ ਚੁੱਕੀ ਹੈ ਯਾਨੀ ਕਿ ਅੱਜ ਜੋ ਨਾਮਜ਼ਦਗੀਆਂ ਨੇ ਉਹ ਭਰੀਆਂ ਜਾਣਗੀਆਂ। ਅੱਜ ਰਾਜ ਸਭਾ ਸੀਟਾਂ ਦੇ ਮੈਂਬਰਾਂ ਦੇ ਨਾਮਾਂ ਦੇ ਉੱਤੇ ਪੱਕੀ ਮੋਹਰ ਲੱਗ ਜਾਏਗੀ ਤੇ ਜੋ ਰਾਜ ਸਭਾ ਮੈਂਬਰਸ ਨੇ ਉਹਨਾਂ ਨੂੰ ਚੁਣ ਲਿਆ ਜਾਏਗਾ। ਕਿਆ ਸਹੀਆਂ ਤਿੰਨ ਸ਼ਖਸੀਅਤਾਂ ਨੂੰ ਲੈ ਕੇ ਹੋ ਰਹੀਆਂ ਨੇ ਰਾਘਵ ਚੱਡਾ, ਸੰਦੀਪ ਪਾਠਕ ਤੇ ਕ੍ਰਿਕਟਰ ਹਰਭਜਨ ਸਿੰਘ ਨੂੰ ਲੈ ਕੇ ਜੋ ਕਿਆ ਸਹੀਆਂ ਨੂੰ ਲਗਾਈਆਂ ਜਾ ਰਹੀਆਂ ਕਿ ਇਹਨਾਂ ਨੂੰ ਰਾਜ ਸਭਾ ਦੀ ਜੋ ਸੀਟ ਹੈ ਉਹ ਸੌਂਪੀ ਜਾ ਸਕਦੀ ਹੈ। ਰਾਜੀ 21 ਮਾਰਚ ਨੂੰ ਨਾਮਜ਼ਦਗੀਆਂ ਭਰਨ ਦਾ ਅਖੀਰਲਾ ਦਿਨ ਹੁੰਦਾ ਹੈ ਜਦਕਿ 14 ਮਾਰਚ ਤੇ ਨਾਮਜ਼ਦਗੀਆਂ ਭਰਨ ਦਾ ਦਿਨ ਹੈ ਉਹ ਸ਼ੁਰੂ ਹੋ ਜਾਂਦਾ ਹੈ ਤੇ 21 ਮਾਰਚ ਨੂੰ ਦਿਨ ਅਖੀਰਲਾ ਹੁੰਦਾ। ਤੇ ਜੇਕਰ ਗੱਲ ਕਰੀਏ ਨਾਮਜ਼ਦਗੀਆਂ ਦੀ ਪੜਤਾਲ ਦੀ ਤਾਂ 22 ਮਾਰਚ ਵਾਲੇ ਦਿਨ ਨਾਮਜ਼ਦਗੀਆਂ ਜੋ ਭਰੀਆਂ ਹੁੰਦੀਆਂ ਉਹਨਾਂ ਦੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਜਦਕਿ 24 ਮਾਰਚ ਨੇ ਜੋ ਨਾਮਜ਼ਦਗੀਆਂ ਨੇ ਉਹ ਵਾਪਸ ਲਈਆਂ ਜਾਂਦੀਆਂ। ਵੋਟਾਂ ਪੈਣ ਦਾ ਜੋ ਕੰਮ ਹੈ 31 ਮਾਰਚ ਤੋਂ ਸਵੇਰੇ 9 ਵਜੇ ਤੋਂ ਲੈ ਕੇ 31 ਮਾਰਚ ਵਾਲੇ ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਹੋਵੇਗਾ ਤੇ ਜੋ ਚੋਣਾਂ ਦਾ ਕੰਮ ਹੈ ਉਹ 2 ਅਪ੍ਰੈਲ ਨੂੰ ਪੂਰਨ ਤਰੀਕੇ ਦੇ ਨਾਲ ਮੁਕੰਮਲ ਹੋ ਜਾਏਗਾ। ਤਾਂ ਵੱਡੀ ਖਬਰ ਤੁਹਾਨੂੰ ਦੱਸ ਦਿਆਂ ਕਿ ਰਾਜ ਸਭਾ ਸੀਟਾਂ ਦੇ ਲਈ 3 ਨਾਮਾਂ ਦੇ ਉੱਤੇ ਮੋਹਰ ਲੱਗ ਸਕਦੀ ਹੈ। ਅੱਜ 11:30 ਅਰਵਿੰਦ ਕੇਜਰੀਵਾਲ ਚੰਡੀਗੜ੍ਹ ਪਹੁੰਚਣਗੇ ਤੇ ਉਹਨਾਂ ਦੇ ਵੱਲੋਂ ਵਿਧਾਇਕਾਂ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ। ਭਗਵੰਤ ਮਾਨ ਪੰਜਾਬ ਦੇ ਸੀਐਮ ਵੀ ਇਸ ਮੁਲਾਕਾਤ ਦੇ ਦੌਰਾਨ ਮੌਜੂਦ ਰਹਿਣਗੇ। ਉਹਨਾਂ ਦੀ ਅਗਵਾਈ ਦੇ ਵਿੱਚ ਹੀ ਜੋ ਵਿਚਾਰ ਚਰਚਾ ਕੀਤੀ ਜਾਏਗੀ ਤੇ ਜੋ ਰਾਜ ਸਭਾ ਮੈਂਬਰਾਂ ਦੀਆਂ ਸੀਟਾਂ ਨੇ ਰਾਜ ਸਭਾ ਦੀਆਂ ਸੀਟਾਂ ਨੇ ਉਸ ਨੂੰ ਲੈ ਕੇ ਜੋ ਵਿਚਾਰ ਚਰਚਾ ਉਹ ਵੀ ਚੱਲ ਸਕਦੀ ਹੈ, ਉਸ ਨੂੰ ਲੈ ਕੇ ਵੀ ਚਰਚਾ ਕੀਤੀ ਜਾ ਸਕਦੀ ਹੈ। ਤੇ 3 ਨਾਮ ਨੇ ਅਜਿਹੇ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਚਰਚਾ ਚੱਲ ਰਹੀ ਹੈ ਕਿ ਇਹਨਾਂ ਨਾਮਾਂ ਦੇ ਉੱਤੇ ਵਿਧਾਨ ਸਭਾ ਸੀਟਾਂ ਦੀ ਜੋ ਮੋਹਰ ਹੈ ਵਿਧਾਨ ਸਭਾ ਦਾ ਅਹੁਦਾ ਜੋ ਇਹਨਾਂ ਤਿੰਨਾਂ ਨਾਮਾਂ ਨੂੰ ਸੌਂਪਿਆ ਜਾਏਗਾ। ਖੈਰ ਥੋੜ੍ਹੀ ਦੇਰ ਤੱਕ ਅਰਵਿੰਦ ਕੇਜਰੀਵਾਲ ਚੰਡੀਗੜ੍ਹ ਪਹੁੰਚਣਗੇ, ਉਹਨਾਂ ਦੇ ਵੱਲੋਂ ਵਿਧਾਇਕਾਂ ਦੇ ਨਾਲ ਮੀਟਿੰਗ ਕੀਤੀ ਜਾਏਗੀ, ਬੈਠਕ ਕੀਤੀ ਜਾਏਗੀ ਤੇ ਉਸ ਬੈਠਕ ਦੇ ਦੌਰਾਨ ਕੀ ਫੈਸਲੇ ਲਏ ਜਾਂਦੇ ਨੇ, ਕਿਹੜੇ ਕਿਹੜੇ ਅਹਿਮ ਫੈਸਲੇ ਨੇ ਜੋ ਪੰਜਾਬ ਵੀ ਲਏ ਜਾਂਦੇ ਨੇ, ਰਾਜ ਸਭਾ ਦੇ ਨਾਲ ਰਿਲੇਟਡ ਰਾਜ ਸਭਾ ਦੇ ਨਾਲ ਮਿਲਦਾ ਹੋਇਆ ਕਿਹੜਾ ਫੈਸਲਾ ਲਿਆ ਜਾਂਦਾ, ਕਿਸ ਨੂੰ ਰਾਜ ਸਭਾ ਦੀਆਂ ਜੋ ਸੀਟਾਂ ਨੇ ਉਹ ਸੌਂਪੀਆਂ ਜਾਂਦੀਆਂ ਨੇ, ਸਭ ਦਾ ਇਸ ਸਭ ਨੂੰ ਹੀ ਇਸ ਗੱਲ ਦਾ ਇੰਤਜ਼ਾਰ ਹੈ। ਹੋਰ ਵੀ ਬਹੁਤ ਸਾਰੀਆਂ ਪਲ ਪਲ ਦੀ ਅਪਡੇਟ ਲੈਣ ਦੇ ਲਈ ਤੁਸੀਂ ਵੇਖਦੇ ਰਹੋ ਸਿੱਖ ਚੈਨਲ। ਸਤਿ ਸ਼੍ਰੀ ਅਕਾਲ।